शिव के दरवेश चैनल में तुहाडा बहुत बहुत स्वागत है जी। आशा तुसी साहब ठीक होवोंगे। तो बाबा मुराद शाह जी तुहाडियां झोलियां भरन जी, साईं सरकार दा तां लाडी शाह सरकार जी तुहाडे सिर ते मेहर भरिया हथ रखन जी। तो अज आपां एक जे किस्से बारे गल करदे पए आ जो सानूं एक भैन ने दस्या। उन्होंने अपना नाम, अपना शहर, यह सब प्राइवेट रखन नूं दस्या वी कहिंदे ना दस्यो साडा नाम वगैरह। ਤਾਂ ਉਹਨਾਂ ਨੇ ਸਾਨੂੰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਅਤੇ ਇੱਕ ਮਸਤਾਨਾ ਸ਼ਾਹ ਜੀ, ਜਿਨ੍ਹਾਂ ਦੀ ਤੁਸੀਂ ਵੀਡੀਓ ਦੇ ਉੱਪਰ ਫੋਟੋ ਦੇਖ ਰਹੇ ਹੋ, ਉਹਨਾਂ ਦਾ ਕਿੱਸਾ ਦੱਸਿਆ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਤਾਂ ਵੀਰ ਭੈਣ ਇਸ ਕਿੱਸੇ ਨੂੰ ਧਿਆਨ ਨਾਲ ਸੁਣ, ਤਾਂ ਜੋ ਉਹਨਾਂ ਦੇ ਵੀ ਕਹਿੰਦੇ ਮਨ ਨੂੰ ਸ਼ਾਂਤੀ ਆਵੇ। ਤਾਂ ਕਹਿੰਦੇ ਉਹ ਕਹਿੰਦੇ ਵੀ ਮੇਰੇ ਤਾਂ ਇਹ ਜਿਹੜੇ ਦੇਖ ਕੇ, ਉਹ ਸੀਨ ਦੇਖ ਕੇ ਮੇਰੇ ਮਨ ਦੇ ਵਿੱਚ ਇੱਦਾਂ ਹੋ ਰਿਹਾ ਸੀ ਵੀ ਮਨ ਦੇ ਵਿੱਚ ਇੱਦਾਂ ਸ਼ਾਂਤੀ ਆ ਰਹੀ ਸੀ ਅਤੇ ਸਰੀਰ ਵਿੱਚੋਂ ਕਹਿੰਦੇ ਲੂਹ ਕੰਡੇ ਖੜ੍ਹੇ ਹੋ ਰਹੇ ਸੀਗੇ ਉਹ ਚੀਜ਼ ਦੇਖ ਕੇ। ਤਾਂ ਕਹਿੰਦੇ ਅਸੀਂ ਨਕੋਦਰ ਦੇ ਵਿੱਚ ਗਏ, ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਦੇ ਉੱਪਰ ਮੱਥਾ ਟੇਕਿਆ, ਫਿਰ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੇ ਦਰਬਾਰ ਦੇ ਉੱਪਰ ਮੱਥਾ ਟੇਕਿਆ। ਤਾਂ ਫਿਰ ਕਹਿੰਦੇ ਚਲੋ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਉੱਪਰ ਜਾਂਦੇ ਹਾਂ। ਤਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ ਦੇ ਉੱਪਰ ਗਏ ਤਾਂ ਜਦੋਂ ਸਾਈਡ 'ਤੇ ਜੋੜੇ ਜਮ੍ਹਾਂ ਕਰਵਾਏ ਜਾਂਦੇ ਸੀ, ਤਾਂ ਕਹਿੰਦੇ ਜਦੋਂ ਜੋੜੇ ਜਮ੍ਹਾਂ ਕਰਵਾ ਕੇ ਬਾਪੂ ਜੀ ਦੇ ਦਰਬਾਰ ਦੇ ਅੰਦਰ ਐਂਟਰ ਹੋਏ ਤਾਂ ਉੱਥੇ ਬਾਪੂ ਜੀ ਨੂੰ ਸਜਦਾ ਸਲਾਮ ਕੀਤਾ, ਆਪਣੇ ਜਿਹੜੇ ਅਸੀਂ ਪ੍ਰਸ਼ਾਦ ਲਗਾਏ ਸੀ ਬਾਪੂ ਜੀ ਨੂੰ ਅਰਪਣ ਕੀਤਾ। ਤਾਂ ਕਹਿੰਦੇ ਉਸ ਤੋਂ ਬਾਅਦ ਬਾਪੂ ਜੀ ਦੇ ਆਰਾਮ ਘਰ ਦੇ ਵਿੱਚ ਕਹਿੰਦੇ ਅਸੀਂ ਗਏ। ਕਹਿੰਦਾ ਬਾਪੂ ਜੀ ਦੇ ਆਰਾਮ ਘਰ ਦੇ ਵਿੱਚ ਕਹਿੰਦੇ ਜਦੋਂ ਅਸੀਂ ਗਏ ਤਾਂ ਉੱਥੇ ਕਹਿੰਦੇ ਸਾਈਂ ਮਸਤਾਨਾ ਸ਼ਾਹ ਜੀ ਆਏ ਹੋਏ ਸੀਗੇ, ਜਿਨ੍ਹਾਂ ਦੀ ਤੁਸੀਂ ਉੱਪਰ ਵੀਡੀਓ ਦੇ ਵਿੱਚ ਫੋਟੋ ਦੇਖ ਰਹੇ ਹੋ, ਉਹ ਆਏ ਹੋਏ ਸੀਗੇ। ਤਾਂ ਕਹਿੰਦੇ ਉਹਨਾਂ ਨੂੰ ਦੇਖਿਆ ਵੀ ਉਹਨਾਂ ਦੇ ਚਿਹਰੇ 'ਤੇ ਕਹਿੰਦੇ ਵੀ ਫਕੀਰੀ ਦਾ ਇੱਕ ਨੂਰ ਸੀਗਾ, ਕਹਿੰਦੇ ਜਿੱਦਾਂ ਸਾਨੂੰ ਫੀਲ ਹੋਇਆ ਉੱਦਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਫਕੀਰੀ ਦਾ ਨੂਰ ਸੀਗਾ। ਤਾਂ ਕਹਿੰਦੇ ਉਹਨਾਂ ਨੇ ਕੀ ਕੀਤਾ, ਕਹਿੰਦੇ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ ਜੋ ਸਵਾਰੀ ਸੀਗੀ, ਰਿਕਸ਼ੇ ਦੀ ਸਵਾਰੀ ਕਰਦੇ ਸੀ ਬਾਪੂ ਲਾਲ ਬਾਦਸ਼ਾਹ ਜੀ, ਤਾਂ ਕਹਿੰਦੇ ਉਹਨਾਂ ਸਵਾਰੀ ਸੀਗੀ ਉਹ ਕਹਿੰਦੇ ਉਹ ਉਦੋਂ ਅੱਗੋਂ ਫੜ ਕੇ ਉਹ ਚਲਾਉਣ ਲੱਗ ਗਏ ਸੀਗੇ ਸਵਾਰੀ। ਤਾਂ ਕਹਿੰਦੇ ਅਸੀਂ ਦੇਖ ਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲੀ, ਅਤੇ ਕਹਿੰਦੇ ਅਸੀਂ ਇਹ ਚੀਜ਼ ਕਹਿੰਦੇ ਤੁਹਾਨੂੰ ਦੱਸਣੀ ਚਾਹੀਦੀ, ਤੁਸੀਂ ਵੀ ਆਪਣੇ ਕਹਿੰਦੇ ਚੈਨਲ 'ਤੇ ਇਹ ਵੀਡੀਓ ਕਿੱਸਾ ਜਿਹੜਾ ਜ਼ਰੂਰ ਪਾਇਓ, ਤਾਂ ਜੋ ਹੋਰ ਵੀ ਵੀਰਾਂ ਉਹ ਨਾਲ ਨਾਲ ਇਹ ਕਿੱਸਾ ਸੁਣ ਸਕਣ ਅਤੇ ਇਮੈਜਿਨ ਕਰ ਸਕਣ ਵੀ ਕਿੱਦਾਂ ਇੱਕ ਫਕੀਰ ਨੂੰ ਦੇਖ ਕੇ ਸ਼ਾਂਤੀ ਮਿਲੀ। ਤਾਂ ਮਸਤਾਨਾ ਸ਼ਾਹ ਜੀ ਨਕੋਦਰ ਦਰਬਾਰ ਦੇ ਵੀ ਉੱਪਰ ਤੁਸੀਂ ਉਹਨਾਂ ਦੀਆਂ ਫੋਟੋਆਂ ਦੇਖੀਆਂ ਹੋਣੀਆਂ, ਗੁਰਦਾਸ ਮਾਨ ਸਾਹਿਬ ਨੇ ਫੋਟੋਆਂ ਦੇਖੀਆਂ ਹੋਣੀਆਂ ਤੁਸੀਂ ਉਹਨਾਂ ਦੀਆਂ। ਤਾਂ ਕਹਿੰਦੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲੀ, ਅਤੇ ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਇੱਦਾਂ ਕਰਦੇ ਦੇਖ ਰਹੇ ਸੀ ਤਾਂ ਕਹਿੰਦੇ ਇੱਕ ਨਿੱਕੀ ਜਿਹੀ ਸਮਾਈਲ ਸਾਡੇ ਚਿਹਰੇ ਦੇ ਉੱਪਰ ਸੀ, ਸਾਨੂੰ ਇੱਦਾਂ ਸੀ ਕਿ ਇੱਦੋਂ ਵਧੀਆ ਸੀਨ ਆ ਜਿਹੜਾ, ਇੱਦੋਂ ਵਧੀਆ ਦ੍ਰਿਸ਼ ਅਸੀਂ ਹੋਰ ਕਿਤੇ ਨਹੀਂ ਦੇਖਣਾ। ਤਾਂ ਕਰਮਾਂ ਵਾਲੇ ਹੁੰਦੇ ਆ ਜਿਨ੍ਹਾਂ ਨੇ ਉਹ ਦ੍ਰਿਸ਼ ਵੇਖਿਆ, ਅਤੇ ਹੋ ਸਕਦਾ ਬਹੁਤ ਵੀਰਾਂ ਨੇ ਉਹ ਵੀਡੀਓ ਵੀ ਦੇਖੀ ਹੋਵੇ। ਤਾਂ ਉਹਨਾਂ ਨੇ ਸਾਡੇ ਨਾਲ ਕਿੱਸਾ ਜਿਹੜਾ ਸ਼ੇਅਰ ਕੀਤਾ, ਤਾਂ ਆਸਾ ਅੱਜ ਦੀ ਜਿਹੜਾ ਕਿੱਸਾ ਤੁਹਾਨੂੰ ਵਧੀਆ ਲੱਗਿਆ ਹੋਊਗਾ। ਹੋਰ ਵੀ ਕੋਈ ਵੀਰ ਸਾਡੇ ਨਾਲ ਕਿੱਸਾ ਵਗੈਰਾ ਸ਼ੇਅਰ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦਾ ਜੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾਇਓ ਜੀ, ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ, ਉਹਨਾਂ ਦੇ ਮਰੀਦ ਬੈਠੇ ਆ, ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ। ਧੰਨਵਾਦ।